ਦੇਖੋ ਮੈਂ ਸਮਝਦੀ ਹਾਂ ਵੀ ਇੱਕ ਬੰਦਾ ਨਾ ਲਾਈਫ ਦੇ ਵਿੱਚ ਇੱਕ ਹੀ ਕੰਮ ਕਰ ਸਕਦਾ। ਜਸਵੰਤ ਸਿੰਘ ਦਾ ਜਿਹੜਾ ਕੰਮ ਹੈ ਉਹ ਜੇ ਉਹਨਾਂ ਨੂੰ ਕਿਤੇ ਵੀ ਜਾਣਿਆ ਜਾਊਗਾ ਤਾਂ ਉਹਨਾਂ ਨੂੰ ਡਿਸਅਪੀਅਰੈਂਸ ਦੇ ਕੇ ਇਸ ਦੇ ਵਿੱਚ ਹੀ ਜਾਣਿਆ ਜਾਊਗਾ। ਅਤੇ ਇਹ ਮਾਨਵਤਾ ਦੀ ਗੱਲ ਹੈ, ਇਹ ਹਿਊਮੈਨਿਟੀ ਦੀ ਗੱਲ ਹੈ, ਹੈ ਨਾ। ਅਤੇ ਇਹ ਸਾਡਾ ਸਿਧਾਂਤ ਹੈ ਸਿੱਖਾਂ ਦਾ ਵੀ ਭਾਵੇਂ ਆਪਣੇ ਆਪ ਦੀ ਕੁਰਬਾਨੀ ਹੋ ਜਾਵੇ ਪਰ ਸੱਚ 'ਤੇ ਖੜ੍ਹਨਾ। ਅਤੇ ਮੈਨੂੰ ਲੱਗਦਾ ਵੀ ਬਿਲਕੁਲ ਬੇਸਿਕ ਸਿਧਾਂਤ ਦੇ ਉੱਤੇ ਜਸਵੰਤ ਸਿੰਘ ਨੇ ਕੰਮ ਕੀਤਾ। ਇਕੱਲੇ ਅੰਮ੍ਰਿਤਸਰ ਜ਼ਿਲ੍ਹੇ 'ਚ 2000 ਬੱਚੇ ਲਾਪਤਾ, ਸਰਕਾਰ ਸਾਨੂੰ ਦੱਸੇ ਕਿ ਉਹ ਕਿੱਥੇ ਨੇ। ਤਾਂ ਜ਼ੁਲਮ ਦੇ ਇੰਚਾਰਜ ਨੇ KPS ਗਿੱਲ ਨੇ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੈਂ ਦੱਸਦਾ ਉਹ ਬੱਚੇ ਕਿੱਥੇ ਹੈ। ਉਸਨੇ ਕਿਹਾ ਕਿ ਇਹ ਬੱਚੇ ਯੂਰਪ ਦੇ ਵਿੱਚ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਦਿਹਾੜੀਆਂ ਕਰ ਰਹੇ ਨੇ ਅਤੇ ਇਹ ਮਨੁੱਖੀ ਅਧਿਕਾਰ ਸੰਗਠਨ ਸਾਨੂੰ ਕਹਿ ਰਹੇ ਨੇ ਕਿ ਹਜ਼ਾਰਾਂ ਬੱਚੇ ਲਾਪਤਾ ਨੇ। ਇੱਕ ਚੈਲੰਜ ਸੀਗਾ ਸਾਨੂੰ, ਇੱਕ ਚੈਲੰਜ ਸੀ ਉਸ ਹਕੀਕਤ ਨੂੰ ਜਿਹੜੀ ਅਸੀਂ ਸਾਹਮਣੇ ਲਿਆਉਣਾ ਚਾਹੁੰਦੇ ਸਾਂ। ਅਤੇ ਫਿਰ ਭਰਾਓ ਅਸੀਂ ਇਸ ਹਕੀਕਤ ਨੂੰ ਸਬੂਤਾਂ ਸਹਿਤ ਦੁਨੀਆ ਦੇ ਸਾਹਮਣੇ ਪੇਸ਼ ਕਰਨ ਲਈ ਆਪਣੇ ਆਪ ਨੂੰ ਉਸ ਮੁਹਿੰਮ 'ਚ ਪਾਇਆ ਜਿੱਥੇ ਸਾਨੂੰ ਕਈਆਂ ਖਤਰਿਆਂ ਦਾ ਵੀ ਸਾਹਮਣਾ ਕਰਨਾ ਪਿਆ। ਪਰ ਇੱਕ ਸਵਾਲ ਸੀ ਜਿਹੜਾ ਉਹਨਾਂ ਰਿਪੋਰਟਾਂ 'ਚੋਂ ਸਾਨੂੰ ਕੋਈ ਜਵਾਬ ਨਹੀਂ ਸੀ ਦੇ ਰਿਹਾ। ਉਹ ਸਵਾਲ ਇਹ ਸੀ ਕਿ ਹਜ਼ਾਰਾਂ ਮਾਵਾਂ ਆਪਣੇ ਪੁੱਤਾਂ ਨੂੰ ਉਡੀਕ ਰਹੀਆਂ ਨੇ ਅਤੇ ਜਿੰਨਾਂ ਮਾਵਾਂ ਨੇ ਆਪਣੇ ਜਾਇਆਂ ਦੀਆਂ ਲਾਸ਼ਾਂ ਵੀ ਨਹੀਂ ਸੀ ਦੇਖੀਆਂ ਉਹ ਸਾਡੇ 'ਤੇ ਸਵਾਲ ਕਰ ਰਹੀਆਂ ਸੀ ਕਿ ਇੰਨਾ ਤਾਂ ਪਤਾ ਕਰ ਦਿਓ ਕਿ ਸਾਡਾ ਪੁੱਤ ਹੈ ਵੀ ਕਿ ਨਹੀਂ। ਉੱਨੀ ਸੌ 90 ਤੋਂ ਬਾਅਦ ਜਦੋਂ ਮੇਰੇ ਫਾਦਰ ਸਾਹਿਬ ਇੰਗਲੈਂਡ ਦੇ ਇੰਗਲੈਂਡ ਤੋਂ ਵਾਪਸ ਆਏ ਅਤੇ ਸਿੱਖ ਪੋਲੀਟਿਕਸ ਦੇ ਵਿੱਚ ਉਸ ਵੇਲੇ ਦੇ ਵਿੱਚ ਇਨਵੋਲਵ ਹੋਏ, ਪਲੱਸ ਕੋਆਪਰੇਟਿਵ ਬੈਂਕ ਦੇ ਵਿੱਚ ਡਾਇਰੈਕਟਰ ਵੀ ਸੀਗੇ। ਉਸ ਸਮੇਂ ਦੌਰਾਨ ਉਹਨਾਂ ਦੇ ਦੋ ਜਿਹੜੇ ਕੁਲੀਗ ਸੀਗੇ, ਦੋਸਤ ਸੀਗੇ, ਉਹ ਪੁਲਿਸ ਨੇ ਚੁੱਕ ਕੇ ਜਿਹੜੇ ਉਹਨਾਂ ਦੀਆਂ ਲਾਸ਼ਾਂ ਖੁਰਦਬੂਤ ਕਰਤੀਆਂ ਉਹਨਾਂ ਨੂੰ ਲੱਭਣ ਗਏ ਜਦੋਂ ਦੁਰਗਿਆਨਾ ਮੰਦਿਰ ਦੇ ਸ਼ਮਸ਼ਾਨ ਘਾਟ ਦੇ ਵਿੱਚ, ਤਾਂ ਉੱਥੇ ਕੰਮ ਕਰਦੇ ਲੋਕਾਂ ਨੇ ਉਹਨਾਂ ਨੂੰ ਦੱਸਿਆ ਸੀਗਾ ਕਿ ਇੱਥੇ ਹਜ਼ਾਰਾਂ ਲਾਸ਼ਾਂ ਆਉਂਦੀਆਂ ਨੇ ਅਤੇ ਉਹਨਾਂ ਕੋਲ ਕੋਈ ਪਰਟੀਕੁਲਰ ਲਾਸ਼ ਦਾ ਹਿਸਾਬ ਨਹੀਂ ਹੋਊਗਾ। ਪਰ ਜਦੋਂ ਉਹਨਾਂ ਨੇ ਲੌਗ ਰਜਿਸਟਰ ਚੈੱਕ ਕੀਤਾ ਉਹਦੇ ਵਿੱਚ ਹਜ਼ਾਰਾਂ ਹੀ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਸੀਗੀਆਂ ਜਿਨ੍ਹਾਂ ਦੇ ਨਾਮ ਲਿਖੇ ਗਏ ਸੀਗੇ, ਜਿਨ੍ਹਾਂ ਦਾ ਪਿੰਡ ਦਾ ਪਤਾ ਸੀ ਅਤੇ ਉਹਨਾਂ ਦਾ ਹੁਲੀਆ ਬਿਆਨ ਕੀਤਾ ਗਿਆ ਸੀਗਾ। ਪਰ ਅਖੀਰ ਦੇ ਵਿੱਚ ਉਹਨਾਂ ਨੂੰ ਲਾਵਾਰਸ ਕਹਿ ਕੇ ਸੰਸਕਾਰ ਦਿੱਤਾ ਗਿਆ ਸੀਗਾ। ਸੋ ਆਹ ਰਿਕਾਰਡ ਸੀਗਾ ਜਿਹੜਾ ਖਾਲੜਾ ਸਾਹਿਬ ਅਤੇ ਉਹਨਾਂ ਦੀ ਟੀਮ ਨੇ ਦੁਰਗਿਆਨਾ ਮੰਦਿਰ ਦੇ ਵਿੱਚੋਂ ਲੱਭਿਆ ਸੀ। ਇਹਦੇ ਵਿੱਚ ਸਾਫ਼ ਸਾਫ਼ ਲਿਖਿਆ ਗਿਆ ਸੀਗਾ ਕਿ ਕਿਹੜਾ ਬੱਚਾ ਅਤੇ ਉਹਦੇ ਫਾਦਰ ਦਾ ਨਾਮ ਕਿੱਥੇ ਉਹਦਾ ਮੁਕਾਬਲਾ ਹੋਇਆ ਜਾਂ ਉਹਨੂੰ ਕਿਵੇਂ ਮਾਰਿਆ ਗਿਆ ਅਤੇ ਕਿਹੜਾ ਥਾਣੇਦਾਰ ਉਹਨਾਂ ਨੂੰ ਉਹ ਲਾਸ਼ਾਂ ਦੇ ਕੇ ਗਿਆ ਹੈ ਅਤੇ ਕਿੱਥੇ ਉਹਦਾ ਸੰਸਕਾਰ ਕੀਤਾ ਗਿਆ। ਸੋ ਇਹ ਰਿਕਾਰਡ ਸਿਰਫ ਦੁਰਗਿਆਨਾ ਮੰਦਿਰ ਦਾ ਸੀਗਾ, ਪਰ ਜਿਹੜੀ ਮਨੁੱਖੀ ਅਧਿਕਾਰ ਟੀਮ ਸੀਗੀ ਜਿਹਦੇ ਵਿੱਚ ਮੇਰੇ ਫਾਦਰ ਸਾਹਿਬ ਕੰਮ ਕਰ ਰਹੇ ਸੀਗੇ, ਉਹਨਾਂ ਨੇ ਇਹੋ ਜਿਹਾ ਹੀ ਰਿਕਾਰਡ ਜਿਹੜਾ ਉਹ ਤਿੰਨ ਹੋਰ ਟੋਟਲ ਤਿੰਨ ਸ਼ਮਸ਼ਾਨ ਘਾਟਾ ਪੱਟੀ, ਤਰਨ ਤਾਰਨ ਅਤੇ ਦੁਰਗਿਆਨਾ ਮੰਦਿਰ 'ਚੋਂ ਕੱਢਿਆ ਅਤੇ ਉਹਦੀ ਗਿਣਤੀ ਜਿਹੜੀ ਉਹ 2000 ਤੋਂ ਵੱਧ ਸੀ। ਅਪਰੋਕਸੀਮੇਟਲੀ 6000 ਲਾਸ਼ਾਂ ਸੀਗੀਆਂ ਜਿਹਦੇ ਵਿੱਚੋਂ ਕਾਫੀ ਜ਼ਿਆਦਾ ਅਨਆਈਡੈਂਟੀਫਾਈਡ ਸੀਗੀਆਂ। ਸਾਨੂੰ ਘੱਟੋ ਘੱਟ ਇਹ ਦੱਸ ਦਿਓ ਕਿ ਕਿਹੜੇ ਘਰ ਦਾ ਹੀਰਾ ਕਿਹੜੀ ਸ਼ਮਸ਼ਾਨ ਘਾਟ 'ਚ ਤੁਸੀਂ ਕਦੋਂ ਸਾੜਿਆ ਸੀ, ਕਿਉਂਕਿ ਕਾਨੂੰਨ ਕਹਿੰਦਾ ਲਾਵਾਰਸ ਲਾਸ਼ ਦੀਆਂ ਫੋਟੋਆਂ ਰੱਖੀਆਂ ਜਾਂਦੀਆਂ, ਕਾਨੂੰਨ ਕਹਿੰਦਾ ਲਾਵਾਰਸ ਲਾਸ਼ ਦੇ ਕੱਪੜੇ ਉਦੋਂ ਤੱਕ ਸਾਂਭ ਕੇ ਰੱਖੇ ਜਾਂਦੇ ਆ ਜਦ ਤੱਕ ਉਹਨਾਂ ਦਾ ਵਾਰਸ ਕਲੇਮ ਨਾ ਕਰੇ। ਪਰ ਉਹ ਦੇਸ਼
ਜੋ ਸਭ ਤੋਂ ਵੱਡੀ ਜਮਹੂਰੀਅਤ ਅਤੇ ਨਿਆਂ ਪਸੰਦ ਕਹਾਉਂਦਾ ਹੈ, ਉਸਦੇ ਹਾਈ ਕੋਰਟ ਨੇ ਸਾਨੂੰ ਕਿਹਾ ਕਿ ਇੰਝ ਕਰੋ, ਇਹ ਪਬਲਿਕ ਇੰਟਰਸਟ ਲਿਟੀਗੇਸ਼ਨ ਤਾਂ ਬਣਦੀ ਨਹੀਂ, ਇਹਦੇ ਨਾਲ ਬਹੁਤ ਵੱਡਾ ਮਸਲਾ ਖੜ੍ਹਾ ਹੁੰਦਾ ਹੈ, ਤੁਸੀਂ ਹਰੇਕ ਪਰਿਵਾਰ ਨੂੰ ਜਿਨ੍ਹਾਂ ਦੀ ਲਾਸ਼ ਹੈ ਭੇਜ ਦਿਓ, ਅਸੀਂ ਉਹਨਾਂ ਨੂੰ ਜਾਣਕਾਰੀ ਦੇਵਾਂਗੇ। ਕਾਨੂੰਨ ਨਾਲ ਮਖੌਲ ਕੀਤਾ ਗਿਆ ਹੈ, ਇੱਕ ਕੌਮ ਨਾਲ ਮਖੌਲ ਕੀਤਾ ਗਿਆ ਹੈ ਅਤੇ ਉਹਨਾਂ ਲੋਕਾਂ ਨਾਲ ਮਖੌਲ ਕੀਤਾ ਗਿਆ ਹੈ ਜਿਹੜੇ ਹੋਰ ਕੁਛ ਨਹੀਂ ਮੰਗਦੇ, ਸਿਰਫ ਡੈਥ ਸਰਟੀਫਿਕੇਟ ਹੀ ਮੰਗਦੇ ਸੀ। ਬਹੁਤ ਸਿਆਣਫ ਦੇਣ ਵਾਲੇ ਕੰਮ ਕੀਤਾ ਵੀ ਮੈਂ ਜੇ ਇੱਥੇ ਡਾਕੂਮੈਂਟ ਕੱਢਦਾ ਜਾਂ ਪ੍ਰੈਸ ਨੂੰ ਦਿੰਦਾ ਤਾਂ ਮੇਰਾ ਤਾਂ ਕੁਛ ਵੀ ਨਹੀਂ ਬਣਨਾ, ਮੇਰਾ ਵੀ ਨਹੀਂ ਬਣਨਾ ਅਤੇ ਮੇਰੀ ਕੰਮ ਦਾ ਵੀ ਕੁਛ ਨਹੀਂ ਬਣਨਾ, ਡਾਕੂਮੈਂਟੇਸ਼ਨ ਜਿਹੜੀ ਹੈ ਇਹਦਾ ਵੀ ਕੁਛ ਨਹੀਂ ਬਣਨਾ। ਇਸ ਕਰਕੇ ਇਹਨਾਂ ਨੇ ਕੈਨੇਡਾ 'ਚ ਜਾ ਕੇ ਇਹ ਡਾਕੂਮੈਂਟ ਉਹਨਾਂ ਦੀ ਪਾਰਲੀਮੈਂਟ 'ਚ ਦਿੱਤਾ। ਗੌਰਮੈਂਟ ਨੇ ਇਹਨੂੰ ਇੱਕ ਚੈਲੇਂਜ ਵਜੋਂ ਲਿਆ। ਈਵਨ ਜਿਹੜਾ ਡੀ ਜੀ ਪੀ ਪੰਜਾਬ ਕੇ ਪੀ ਐੱਸ ਗਿੱਲ ਸੀਗਾ, ਉਹਨੇ ਸਿੱਧਾ ਹੀ ਕਿਹਾ ਸੀਗਾ ਵੀ ਇਹ ਲੋਕ ਝੂਠ ਮਾਰਦੇ ਆ। ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਕਿਹਾ ਸੀ ਇਹ ਲੋਕ ਗਲਤ ਕਹਿ ਰਹੇ ਆ ਕਿ ਪੰਜਾਬ ਵਿੱਚ ਲੋਕ ਡਿਸਪੀਅਰ ਹੋਏ ਆ। I have allegations of systemic use of torture, of illegal cremations. No, there were no illegal cremations. There weren't 2,000 illegal cremations? No, with two or three bodies being put on a pyre meant for one person? No. That simply didn't happen? No. ਫਿਰ ਜਦੋਂ ਉੱਥੇ ਕੋਈ ਬੰਦਾ ਨਹੀਂ ਤਾਂ ਪੁਲਿਸ ਅੱਗ ਲਾ ਕੇ ਤੁਰ ਆਈ ਸੀ ਅਤੇ ਅਸੀਂ ਜਾ ਕੇ ਫਿਰ ਲੱਕੜਾਂ ਲਾ ਕੇ, ਮੈਂ ਸਿਰ ਨੂੰ ਅੱਗ ਲੱਗੀ ਸੀ ਮਾੜੀ ਮਾੜੀ ਅਤੇ ਮੈਂ ਲੱਕੜਾਂ ਲਾ ਕੇ ਵੇਖੀਆਂ, ਮੈਂ ਆਪਣੇ ਫਿਰ ਅੱਖੀ ਲੜਕੇ ਨੂੰ ਪਛਾਣਿਆ ਵੀ ਇਹ ਲੜਕਾ ਮੇਰਾ। ਅਠਾਈ ਫਰਵਰੀ 1995 ਦੇ ਵਿੱਚ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਜਿਹੜੀ ਪ੍ਰੈਸ ਨੋਟ ਦੇ ਰੂਪ ਦੇ ਵਿੱਚ ਇੱਕ ਖਬਰ ਛਪੀ ਸੀ ਜੋ ਕਹਿ ਸਕਦੇ ਹਾਂ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਇੱਕ ਆਖਰੀ ਵਸੀਅਤ ਸੀ ਕੌਮ ਦੇ ਨਾਂ 'ਤੇ। ਅਤੇ ਉਹਨਾਂ ਨੇ ਇਹ ਪ੍ਰੈਸ ਨੋਟ ਜਿਹੜਾ ਆਪਣੇ ਹੱਥੀਂ ਲਿਖਿਆ ਸੀਗਾ ਕਿ ਉਹਨਾਂ ਦੇ ਨਾਲ ਕੀ ਵਾਪਰਨ ਵਾਲਾ ਹੈ ਅਤੇ ਉਹਦੀ ਵਜ੍ਹਾ ਕੀ ਹੋਊਗੀ ਅਤੇ ਉਹਨਾਂ ਨੂੰ ਕੀ ਜਿਹੜੇ ਧਮਕੀਆਂ ਮਿਲ ਰਹੀਆਂ ਸੀ ਉਹਦੇ ਬਾਰੇ ਵੀ ਉਹਨਾਂ ਨੇ ਦੱਸਿਆ ਸੀ। ਉਹਦਾ ਕੁਛ ਹਿੱਸਾ ਜਿਹੜਾ ਉਹ ਪੰਜਾਬੀ ਟ੍ਰਿਬਿਊਨ ਦੇ ਵਿੱਚ 28 ਫਰਵਰੀ 1995 ਨੂੰ ਛਪਿਆ ਸੀਗਾ। ਸੋ ਉਹਦਾ ਟਾਈਟਲ ਸੀਗਾ, ਸਾਨੂੰ ਮਾਰ ਕੇ ਵੀ ਹੁਣ ਪੁਲਿਸ ਤੋਂ ਸੱਚ 'ਤੇ ਪਰਦਾ ਨਹੀਂ ਪਾ ਹੋਣਾ। ਮੈਂ ਇਹਦਾ ਥੋੜ੍ਹਾ ਜਿਹਾ ਹਿੱਸਾ ਤੁਹਾਨੂੰ ਪੜ੍ਹ ਕੇ ਸੁਣਾਉਂਗੀ। ਅੱਜ ਇੱਥੇ ਇੱਕ ਲਿਖਤੀ ਬਿਆਨ ਵਿੱਚ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਇੱਕ ਜ਼ਿੰਮੇਵਾਰ MLA ਨੇ ਉਹਨਾਂ ਨੂੰ ਜ਼ਾਤੀ ਤੌਰ 'ਤੇ ਮਿਲ ਕੇ ਦੱਸਿਆ ਹੈ ਕਿ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਖੁੱਲ੍ਹਣ ਤੋਂ ਬਹੁਤ ਖਫਾ ਹਨ ਅਤੇ ਉਹਨਾਂ ਫੈਸਲਾ ਕੀਤਾ ਹੈ ਕਿ ਜੇਕਰ ਇਹ ਜਾਂਚ ਅੱਗੇ ਵੱਧਦੀ ਹੈ ਤਾਂ ਉਹ ਹਰ ਹਾਲਤ ਵਿੱਚ ਸ਼੍ਰੀ ਖਾਲੜਾ ਦੀ ਲਾਸ਼ ਖੁਰਦਪੁਰਦ ਕਰਨਗੇ ਅਤੇ ਜਿੱਥੇ 25,000 ਲਾਸ਼ਾਂ ਦੀ ਜਾਂਚ ਹੋਵੇਗੀ ਉੱਥੇ ਇਹ ਵੀ ਹੋ ਜਾਵੇਗੀ। ਉਹਨਾਂ ਕਿਹਾ ਕਿ MLA ਨੇ ਇਹ ਵੀ ਦੱਸਿਆ ਹੈ ਕਿ ਇਸ ਕੰਮ ਲਈ ਕਾਂਗਰਸ ਸਰਕਾਰ ਪਾਸੋਂ ਇਜਾਜ਼ਤ ਲੈ ਲਈ ਹੈ। ਇੱਕ 1,000 ਬੰਦੇ ਦੀ ਗੈਦਰਿੰਗ ਸੀਗੀ ਜਿੱਦੇ ਘਰ ਦੀ ਇਨੈਗੋਰੇਸ਼ਨ ਹੋਈ ਹੈ। ਹੁਕਮਨਾਮਾ ਵੀ ਇਹੋ ਜਿਹਾ ਆਇਆ ਸਿੱਖ ਕੌਮ ਦਾ ਵੀ ਘਰ ਜਿਹੜਾ ਹਜੇ ਨਹੀਂ ਬਣਿਆ, ਹੈ ਨਾ। ਅਤੇ ਫਿਰ ਇਹਨਾਂ ਨੇ ਜਿਹੜੀ ਆਪਣੀ ਸਪੀਚ ਕੀ, ਜਿਹੜੇ ਬਾਬਾ ਜੀ ਨੇ ਫਿਰ ਵਿਆਖਿਆ ਕੀਤੀ, ਜਿਹੜੇ ਬਾਬਾ ਜੀ ਬੋਲੇ, ਹੈ ਨਾ, ਗੁਰਦੁਆਰੇ ਵਾਲੇ, ਉਹਨਾਂ ਨੇ ਕਿਹਾ ਵੀ ਜਸਵੰਤ ਸਿੰਘ ਇਹ ਨਾ ਸਮਝੇ ਵੀ ਘਰ ਦੀ ਜੋ ਇਨੈਗੋਰੇਸ਼ਨ ਸੀ ਵੀ ਮੇਰਾ ਘਰ ਬਣ ਗਿਆ, ਕੌਮ ਦਾ ਘਰ ਨਹੀਂ ਬਣਿਆ ਹਾਲੇ। ਔਰ ਜਦੋਂ ਜਿਹੜੀ ਇਹਨਾਂ ਦੀ ਸਪੀਚ ਹੈ, ਮੇਰਾ ਖਿਆਲ ਹਾਲੇ ਵੀ ਸਾਡੇ ਕੋਲ ਉਹ ਵੀਡੀਓ ਹੈਗੀ ਆ, ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਵੀ ਮੈਂ ਇੱਕ ਦਰਮਿਆਨੀ ਪਰਿਵਾਰ ਦੇ ਵਿੱਚੋਂ ਉੱਠ ਕੇ ਇੱਥੇ ਆਇਆ, ਅੰਮ੍ਰਿਤਸਰ 'ਚ ਆਇਆ, ਪਿੰਡ ਸਾਡਾ ਖਾਲੜਾ, ਅਤੇ ਮੈਂ ਉੱਥੋਂ ਦਰਮਿਆਨੇ ਪਰਿਵਾਰ 'ਚੋਂ ਉੱਠ ਕੇ ਆਇਆ ਅਤੇ ਜੇ ਕਿਸੇ ਵੇਲੇ ਵੀ ਮੇਰਾ ਇਹ ਨਾਂ ਹੈ, ਜਸਵੰਤ ਸਿੰਘ ਮੇਰਾ ਨਾਂ ਹੈ, ਜੇ ਕਿਸੇ ਵੇਲੇ ਪੁਲਿਸ ਮੇਰਾ ਘਰ ਪੁੱਛੇ ਤਾਂ ਮੇਰਾ ਘਰ ਦੱਸ ਦਿੱਤਾ ਜਾਵੇ। ਮਤਲਬ ਇਸ ਬੰਦੇ ਨੂੰ ਪਹਿਲਾਂ ਹੀ ਸਾਰਾ ਕੁਛ ਦਿਸ ਰਿਹਾ ਸੀਗਾ ਵੀ ਪੁਲਿਸ ਨੇ ਮੈਨੂੰ ਲੱਭਣਾ ਹੀ ਲੱਭਣਾ ਹੈ ਜਿਹੜੇ ਕੰਮ ਮੈਂ ਕਰਦਾ। ਅਤੇ ਉਹ ਗੱਲ ਹੋਈ ਵੀ ਅਸੀਂ ਉਦੋਂ ਅਸੀਂ ਬਦਰ ਹੀ ਨਹੀਂ ਕੀਤਾ ਵੀ ਕੀ ਬੰਦਾ ਕਿਹੜੀ ਸਪੀਚ ਦੇ ਗਿਆ, ਕੀ ਕਰ ਗਿਆ, ਹੈ ਨਾ।
ਫਿਰ ਜਦੋਂ ਅਸੀਂ 95 ਤੋਂ ਬਾਅਦ ਇਹ ਵੀਡੀਓ ਕੱਢ ਕੇ ਜਦੋਂ ਅਸੀਂ ਸੁਣੀ ਤਾਂ ਉਹ ਤਾਂ ਹੈਰਾਨੀ ਜਾਨੀ ਕੀ ਗੱਲ ਹੈ ਵੀ ਇੱਕ ਬੰਦਾ 1.5-2 ਸਾਲ ਪਹਿਲਾਂ ਹੀ ਇਹ ਗੱਲ ਕਰੀ ਜਾਂਦਾ ਵੀ ਪੁਲਿਸ ਨੂੰ ਮੇਰਾ ਘਰ ਦੱਸ ਦਿਓ। ਵੀ ਮੇਰੀ ਲਾਈਫ ਦਾ ਇੱਕ ਟਰਨਿੰਗ ਪੁਆਇੰਟ ਸੀਗਾ 6 ਸਤੰਬਰ, ਅਤੇ 6 ਸਤੰਬਰ ਨੂੰ 8 ਵਜੇ ਹੀ ਇਹ ਸਾਰੀ ਕਲੋਨੀ ਨੂੰ ਘੇਰਾ ਪੈ ਗਿਆ ਸੀਗਾ। ਮਤਲਬ ਬਾਅਦ 'ਚ ਸਾਨੂੰ ਪਤਾ ਲੱਗਿਆ ਵੀ ਇਹ 50 ਬੰਦੇ ਪੁਲਿਸ ਦੇ ਇੱਥੇ ਆਏ ਸੀਗੇ। ਹਾਂਜੀ, ਮੈਂ ਜਸਵੰਤ ਸਿੰਘ ਨੂੰ ਇੱਥੇ ਘਰ ਹੀ SSIT 'ਤੇ ਛੱਡ ਕੇ ਗਈ ਹਾਂ, ਅਤੇ ਜਦੋਂ ਮੈਂ ਗਈ ਹਾਂ ਇਹਨਾਂ ਨੇ ਉਸ ਵੇਲੇ ਗੱਡੀ ਵਾਸ਼ ਕਰਨ ਵਾਸਤੇ ਬਾਹਰ ਕੱਢੀ ਆ, ਔਰ ਇਹਨਾਂ ਨੇ ਮੈਨੂੰ ਕਿਹਾ ਵੀ ਮੈਂ ਇੰਡੀਅਨ ਐਕਸਪ੍ਰੈਸ, ਸਾਡੇ ਇੰਗਲਿਸ਼ ਪੇਪਰ ਆ, ਵੀ ਉਹਦੇ ਔਫਿਸ ਜਾਣਾ, ਅਤੇ ਜਾਣਾ ਵੀ ਇਸੇ ਕੰਮ ਲਈ ਸੀਗਾ ਵੀ ਅੱਗੋਂ ਕੋਈ ਪੱਤਰਕਾਰ ਨੂੰ ਨਾਲ ਲੈ ਕੇ ਫੀਲਡ 'ਚ ਜਾਣਾ ਸੀਗਾ। ਅਤੇ ਇਹਨਾਂ ਨੇ ਮੈਨੂੰ ਕਿਹਾ ਮੈਂ 10 ਵਜੇ ਜਾਣਾ, ਅਤੇ ਫਿਰ ਮੈਨੂੰ ਮਤਲਬ ਫੋਨ ਗਿਆ ਯੂਨੀਵਰਸਿਟੀ, ਅਤੇ ਉਦੋਂ ਮੋਬਾਈਲ ਤਾਂ ਹੁੰਦੇ ਨਹੀਂ ਸੀਗੇ ਅਤੇ ਲੈਂਡਲਾਈਨ ਹੀ ਫੋਨ ਹੁੰਦੇ ਸੀਗੇ, ਹਜੇ ਮਤਲਬ ਕਿ ਔਫਿਸ ਖੁੱਲ੍ਹ ਹੀ ਰਹੇ ਸੀਗੇ ਉਸ ਟਾਈਮ, ਅਤੇ PN ਨੇ ਮੈਨੂੰ ਆ ਕੇ ਕਿਹਾ ਵੀ ਘਰੋਂ ਫੋਨ ਆਇਆ ਤੁਹਾਡੇ, ਤੁਸੀਂ ਘਰ ਜਾਓ। ਜਦੋਂ ਮੈਂ ਘਰ ਆਈ ਹਾਂ ਤਾਂ ਮੈਨੂੰ ਇੱਥੇ ਇੱਕ ਮੁੰਡਾ ਉਸ ਵੇਲੇ ਵੀ ਹੈਗਾ ਸੀਗਾ ਘਰ ਦੇ ਵਿੱਚ, ਉਹਨੇ ਮੈਨੂੰ ਦੱਸਿਆ ਵੀ ਜਸਵੰਤ ਸਿੰਘ ਨੂੰ ਇਸ ਤਰ੍ਹਾਂ ਪੁਲਿਸ ਲੈ ਗਈ ਆ। ਪਰ ਮੈਂ ਜਦੋਂ ਆਈ ਹਾਂ ਤਾਂ ਉਹ ਜਿਹੜਾ ਪਾਣੀ ਵਾਲਾ ਪਾਈਪ ਸੀਗਾ ਜਿਹਦੇ ਨਾਲ ਗੱਡੀ ਵਾਸ਼ ਕਰਦੇ ਸੀ, ਉਹ ਅਜੇ ਚੱਲ ਰਿਹਾ ਸੀਗਾ। ਮਤਲਬ ਹਜੇ 5-7 ਮਿੰਟ ਹੀ ਹੋਏ ਆ, ਇਹਨਾਂ ਨੂੰ ਕੋਈ ਟਾਈਮ ਨਹੀਂ ਮਿਲਿਆ। ਈਵਨ ਉਹਨਾਂ ਨੇ ਜਿਹੜੀ ਬਾਥਰੂਮ ਚੱਪਲ ਪਾਈ ਸੀ, ਕੈਜੂਅਲ ਵੀਅਰ ਸੀ, ਟੀ ਸ਼ਰਟ ਅਤੇ ਪਜਾਮਾ ਪਾਇਆ ਸੀ ਕਿਉਂਕਿ ਗੱਡੀ ਵਾਸ਼ ਕਰਦੇ ਸੀਗੇ, ਅਤੇ ਸਿਰ 'ਤੇ ਵੀ ਜਿਹੜਾ ਆਪਣਾ ਦਸਤਾਰ ਨਹੀਂ ਸੀਗੀ ਅਤੇ ਛੋਟਾ ਪਰਨਾ ਹੀ ਸੀਗਾ। ਅਤੇ ਮਤਲਬ ਕਿ ਉਹ 10-15 ਮਿੰਟਾਂ 'ਚ ਹੀ ਸਾਨੂੰ ਇਹ ਵੀ ਪਤਾ ਲੱਗ ਗਿਆ ਵੀ ਪੰਜਾਬ ਪੁਲਿਸ ਜਿਹੜੀ ਆ ਉਹ ਲੈ ਗਈ। Khalra was quite clearly told that he can also become an unidentified body, and today Khalra is not there. Immediately assi 6 september di is ghatna to baad assi 8 tarikh nu hi supreme court vich chale gaye। ਸਾਡੀ ਅਬਡਕਸ਼ਨ ਦੀ ਪਟੀਸ਼ਨ ਲੱਗ ਗਈ ਸੀਗੀ ਉਸ ਵੇਲੇ, ਅਤੇ ਜੱਜ ਸਾਹਿਬਾਨ ਨੇ ਪੰਜਾਬ ਸਰਕਾਰ ਨੂੰ ਇਹ ਪੁੱਛਿਆ ਵੀ ਬੰਦੇ ਨੂੰ ਪੇਸ਼ ਕਰੋ, 8 ਦਿਨਾਂ ਦਾ ਹੀ ਸਿਰਫ ਟਾਈਮ ਦਿੱਤਾ ਸੀਗਾ ਵੀ ਪੇਸ਼ ਕਰੋ, ਵੀ ਬੰਦੇ ਇਸ ਤਰ੍ਹਾਂ ਹਵਾ 'ਚ ਤਾਂ ਨਹੀਂ ਉੱਡ ਜਾਂਦੇ। ਅਤੇ ਫਿਰ ਉਹਨਾਂ ਨੇ ਇਸ ਤਰ੍ਹਾਂ ਪ੍ਰੋਸੈਸ ਜਿਵੇਂ ਸ਼ੁਰੂ ਹੋ ਗਿਆ, ਪਹਿਲਾਂ ਜਿਹੜੀ ਇਹਦੀ ਇਨਵੈਸਟੀਗੇਸ਼ਨ ਸੀਗੀ ਉਹ ਪੰਜਾਬ ਪੁਲਿਸ ਨੂੰ ਹੀ ਦਿੱਤੀ ਗਈ ਸੀਗੀ, ਪਰ ਅਸੀਂ ਇਹਦੇ ਤੋਂ ਸੰਤੁਸ਼ਟ ਨਹੀਂ ਸੀਗੇ ਵੀ ਕਿਉਂਕਿ ਕੇਸ ਹੀ ਇਹ ਪੰਜਾਬ ਪੁਲਿਸ ਦਾ ਸੀਗਾ, ਕਿਉਂਕਿ ਪੰਜਾਬ ਪੁਲਿਸ ਹੀ ਜਸਵੰਤ ਸਿੰਘ ਨੂੰ ਲੈ ਕੇ ਗਈ ਸੀ। ਅਤੇ ਇਸ ਕਰਕੇ ਫਿਰ ਜਦੋਂ ਐਂਡ ਆਫ 95 ਦੇ ਵਿੱਚ ਜਦੋਂ ਇੱਥੋਂ ਦੇ ਐਡਵੋਕੇਟ ਜਨਰਲ ਸਰੀਨ ਸੀਗੇ ਉਸ ਵੇਲੇ, ਉਹਨਾਂ ਨੇ ਕੋਰਟ ਦੇ ਵਿੱਚ ਹੱਥ ਖੜ੍ਹੇ ਕੀਤੇ ਕਿ ਸਾਨੂੰ ਬੰਦਾ ਨਹੀਂ ਲੱਭ ਰਿਹਾ ਅਤੇ ਤੁਸੀਂ ਕਿਸੇ ਨੂੰ ਵੀ ਇਹ ਇਨਵੈਸਟੀਗੇਸ਼ਨ ਲਈ ਦੇ ਦਿਓ ਕੇਸ, ਤਾਂ ਫਿਰ ਅਸੀਂ CBI ਨੂੰ ਕਿਹਾ ਵੀ ਸਾਡਾ ਕੇਸ CBI ਕੋਲ ਜਾਣਾ ਚਾਹੀਦਾ। ਪੰਜਾਬ ਪੁਲਿਸ ਦੀ ਮੈਂ ਤੁਹਾਨੂੰ ਗੱਲ ਦੱਸਦੀ ਹਾਂ, CBI ਨਾਲੋਂ ਜ਼ਿਆਦਾ ਜਿਵੇਂ ਅਸੀਂ ਪੇਨਫੁੱਲ ਹੋਏ ਹਾਂ ਵੀ ਇੱਥੇ ਸੁਖਦੇਵ ਸਿੰਘ ਛੀਨਾ ਹੁੰਦੇ ਸੀਗੇ ਉਸ ਵੇਲੇ, ਉਹਨਾਂ ਨੂੰ ਇਹ ਇਨਵੈਸਟੀਗੇਸ਼ਨ ਲੱਗੀ ਸੀਗੀ। ਉਹ ਇੱਥੇ ਆ ਕੇ ਸਾਡੇ ਘਰ ਬੈਠੇ ਰਹਿੰਦੇ ਸੀਗੇ, ਮੇਰੇ ਫਾਦਰ ਇਨ ਲਾਅ ਅਤੇ ਜਾਂ ਮੈਨੂੰ, ਦੋਨਾਂ ਨੂੰ ਇਹ ਹੀ ਫੋਰਸ ਕਰਦੇ ਰਹਿੰਦੇ ਸੀਗੇ ਵੀ ਤੁਹਾਡਾ ਬੰਦਾ ਅਸੀਂ ਆਰਾਮ ਨਾਲ ਤੁਹਾਨੂੰ ਦੇ ਸਕਦੇ ਹਾਂ, ਤੁਸੀਂ ਪੰਜਾਬ ਪੁਲਿਸ ਦਾ ਨਾਂ ਨਾ ਲਓ, ਤੁਸੀਂ ਇਹ ਕਹੋ ਵੀ ਅਸੀਂ ਸਾਡੇ ਕੋਲ ਪੁਲਿਸ ਕੋਲ ਬੜੀਆਂ ਥਿਊਰੀਆਂ ਹੁੰਦੀਆਂ, ਬੰਦਾ ਅਸੀਂ ਜਦੋਂ ਜਿਵੇਂ ਮਰਜ਼ੀ ਪ੍ਰੋਡਿਊਸ ਕਰੀਏ ਅਸੀਂ ਇਹ ਕਹਿ ਸਕਦੇ ਹਾਂ ਵੀ ਉਹ ਬੰਦਾ ਤਾਂ ਇੱਥੋਂ ਲੱਭ ਗਿਆ ਜਾਂ ਬੰਦਾ ਪਾਕਿਸਤਾਨ ਚਲੇ ਗਿਆ ਸੀ ਹੁਣ ਵਾਪਸ ਆ ਗਿਆ, ਸਾਡੇ ਕੋਲ ਬਹੁਤ ਥਿਊਰੀਆਂ, ਪਰ ਤੁਸੀਂ ਇੱਕ ਸਾਨੂੰ ਇੱਕ ਦਿਨ ਅਖਬਾਰ 'ਚ ਇਹ ਗੱਲ ਦਿਓ ਵੀ ਪੰਜਾਬ ਪੁਲਿਸ ਨਹੀਂ ਲੈ ਕੇ ਗਈ, ਵੀ ਕੋਈ ਜਿਹੜੇ ਅਨਨੋਨ ਬੰਦੇ ਆ ਜਿਹੜੇ ਉਹ ਲੈ ਕੇ ਗਏ ਆ। ਜਦੋਂ ਜਸਵੰਤ ਸਿੰਘ ਦੀ ਅਬਡਕਸ਼ਨ ਹੋਈ
ਅਸੀਂ 24 ਘੰਟਿਆਂ ਦੇ ਵਿੱਚ ਸੁਪਰੀਮ ਕੋਰਟ ਅਪਰੋਚ ਕੀਤੀ। ਅਸੀਂ ਆਪਣੀ ਸਾਰੀ ਵਾਹ ਲਾਈ, ਅਸੀਂ ਆਪਣੀ ਸਾਰੀ ਵਾਹ ਛੱਡ ਕੇ ਸਾਰੀ ਜ਼ਿੰਦਗੀ ਲਾਈ, ਮੈਂ ਆਪਣੀ ਜੋਬ ਛੱਡੀ ਇਸ ਕਰਕੇ ਕਿਉਂਕਿ ਗਵਾਹੀਆਂ ਨਹੀਂ ਸੀ ਹੁੰਦੀਆਂ, ਝੂਠੇ ਸਾਡੇ 'ਤੇ ਕੇਸ ਦਰਜ ਹੋਏ, ਸਾਡੇ ਹਰ ਵਿਟਨੈਸ 'ਤੇ ਕੇਸ ਦਰਜ ਹੋਏ। ਈਵਨ ਸਾਡੇ ਵਕੀਲਾਂ ਨੂੰ ਵੀ ਇੰਨਾ ਤੰਗ ਕੀਤਾ ਗਿਆ ਕਿ ਉਹਨਾਂ ਨੂੰ ਸਿੱਧੀ ਥਰੈਟ ਦਿੱਤੀ ਗਈ ਵੀ ਅਸੀਂ ਤੁਹਾਨੂੰ ਵੀ ਵੇਖਾਂਗੇ। ਅਤੇ ਬੈਂਸ, ਰਾਜਵਿੰਦਰ ਬੈਂਸ ਸਾਡੇ ਕੇਸ ਦੇ ਵਿੱਚ, ਖਾਲੜਾ ਕੇਸ ਦੇ ਵਿੱਚ ਸੀਗੇ, ਕਈ ਵਾਰੀ ਉਹਨਾਂ ਦੀਆਂ ਗੱਡੀਆਂ ਦੀ ਹਵਾ ਕੱਢ ਦੇਣੀ, ਕਈ ਵਾਰੀ ਉਹਨਾਂ ਦੀ ਗਲਤ ਪਾਰਕਿੰਗ ਦੇ ਨਾਂ 'ਤੇ ਗੱਡੀਆਂ ਚੱਕ ਕੇ ਲੈ ਜਾਣੀਆਂ, ਜਾਂ ਰਸਤੇ ਵਿੱਚ ਥਰੈਟ ਕਰਨੀ, ਜਾਂ ਇਸ ਤਰ੍ਹਾਂ ਦੀਆਂ ਆਮ ਗੱਲਾਂ ਹੀ ਮਤਲਬ ਕਿ ਉਸ ਵੇਲੇ ਕੋਰਟ ਦੇ ਵਿੱਚ ਚੱਲ ਰਹੀਆਂ ਸੀ, ਜਾਂ ਜਿਹੜੇ ਬੰਦੇ ਸਾਡੀ ਸਪੋਰਟ 'ਤੇ ਕੋਰਟ ਦੇ ਵਿੱਚ ਜਾਂਦੇ ਸੀਗੇ ਅਤੇ ਉਹਨਾਂ ਨੂੰ ਵੀ ਇਹ ਥਰੈਟ ਕਰਦੇ ਸੀ ਪੁਲਿਸ ਵਾਲੇ ਵੀ ਕੋਈ ਨਹੀਂ ਅਸੀਂ ਤਾਂ ਛੁੱਟ ਹੀ ਜਾਣਾ ਅਤੇ ਤੁਹਾਨੂੰ ਬਾਅਦ 'ਚ ਵੇਖਾਂਗੇ। ਅਤੇ ਫਿਰ 3 ਸਾਲ ਸਾਨੂੰ ਕੋਈ ਇਹੋ ਜਿਹਾ ਕਲੂ ਨਹੀਂ ਮਿਲਿਆ ਜਿੱਥੇ ਜਸਵੰਤ ਸਿੰਘ ਬਾਰੇ ਸਾਨੂੰ ਕੋਈ ਮਤਲਬ ਕੋਈ ਨੌਲੇਜ ਹੁੰਦੀ ਵੀ ਉਹਨੂੰ ਕਿਵੇਂ ਰੱਖਿਆ, ਕੀ ਹੋਇਆ, ਉਹ ਜਿੰਦਾ ਹੈ ਜਾਂ ਨਹੀਂ ਆ। 3 ਸਾਲ ਸਾਨੂੰ ਕੁਛ ਵੀ ਪਤਾ ਨਹੀਂ ਲੱਗ ਸਕਿਆ। ਖਾਲੜਾ ਸਾਹਿਬ ਨੂੰ 95 ਦੇ ਵਿੱਚ ਚੱਕਿਆ ਅਤੇ 98 ਦੇ ਵਿੱਚ ਕੁਲਦੀਪ ਸਿੰਘ ਬਚੜੇ ਦੀ ਗਵਾਹੀ ਆ ਗਈ। ਉਹ ਉਸ ਵੇਲੇ ਜਿਹੜਾ ਬੰਦਾ ਲੈ ਕੇ ਗਿਆ ਜਸਵੰਤ ਸਿੰਘ ਨੂੰ, ਸਤਨਾਮ ਸਿੰਘ ਝਬਾਲ ਠਾਣੇ 'ਚ SHO ਸੀਗਾ, ਉਹਦਾ ਗਨਮੈਨ ਸੀਗਾ, ਉਹਨੂੰ ਮਤਲਬ ਸਾਰਾ ਕੁਛ ਪਤਾ ਸੀਗਾ ਵੀ ਜਸਵੰਤ ਸਿੰਘ ਨਾਲ ਕੀ ਹੋਣੀ ਵਾਪਰੀ ਆ, ਕੀ ਉਹਦੇ ਨਾਲ ਹੋਇਆ, ਉਹਨੂੰ ਸਾਰਾ ਕੁਛ ਪਤਾ ਸੀਗਾ। ਕੁਲਦੀਪ ਸਿੰਘ ਬਚੜਾ ਜਿਹਨੇ ਗਵਾਹੀ ਦਿੱਤੀ ਕਿ ਜਸਵੰਤ ਸਿੰਘ ਨੂੰ ਮੇਰੇ ਸਾਹਮਣੇ ਮਾਰੀ ਗਈ ਹੈ, ਗੋਲੀ ਮਾਰੀ ਗਈ, ਔਰ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਉਹ ਹਰੀ ਕੇ ਦਰਿਆ ਦੇ ਵਿੱਚ ਸੁੱਟੀ ਗਈ ਹੈ। ਵੀ ਜਦੋਂ ਜਸਵੰਤ ਸਿੰਘ ਦੇ ਮਰਡਰ ਡਿਕਲੇਅਰ ਹੋ ਗਿਆ 98 ਦੇ ਵਿੱਚ, ਅਤੇ ਅਸੀਂ ਉਹਨਾਂ ਦੀ ਅਰਦਾਸ ਵੀ ਕਰਤੀ, ਅੰਤਮ ਅਰਦਾਸ 98 ਨਵੰਬਰ 98 ਦੇ ਵਿੱਚ ਅਸੀਂ ਅਰਦਾਸ ਕਰਤੀ। ਔਰ ਉਸ ਤੋਂ ਬਾਅਦ ਮੈਂ ਇਹ ਸੋਚ ਹੀ ਲਿਆ ਵੀ ਹੁਣ ਜੋ ਵੀ ਹੋਊਗਾ ਉਹ ਮੇਰੀ ਵਿਲ ਦੇ ਅਨੁਸਾਰ ਨਹੀਂ ਹੋਊਗਾ, ਉਹ ਜੋ ਖਾਲਸਾ ਸਾਹਿਬ ਨਾਲ ਹੋਇਆ ਉਸ ਦੇ ਮੁਤਾਬਕ ਕੇਸ ਨੂੰ ਲੜਿਆ ਜਾਊਗਾ। ਦੋ 2005 ਦੇ ਵਿੱਚ ਸੈਸ਼ਨ ਕੋਰਟ ਨੇ 9 ਪੁਲਿਸ ਵਾਲੇ ਜਿਹੜੇ CBI ਨੇ ਜਿਨ੍ਹਾਂ 'ਤੇ ਚਾਰਜਸ਼ੀਟ ਫਾਈਲ ਕੀਤੀ ਸੀਗੀ ਫੋਰ ਮਰਡਰ ਕੇਸ, ਉਹਨਾਂ ਦੇ ਵਿੱਚੋਂ 2 ਜਿਹੜੇ ਉਹ ਟ੍ਰਾਇਲ ਦੇ ਵਿੱਚ ਮਰ ਗਏ ਸੀਗੇ, ਅਤੇ 7 ਦੇ ਵਿੱਚੋਂ 6 ਨੂੰ ਸੈਸ਼ਨ ਕੋਰਟ ਨੇ ਸਜ਼ਾ ਸੁਣਾਈ ਸੀ। 6 ਦੇ ਵਿੱਚੋਂ 2 ਜਣਿਆਂ ਨੂੰ ਉਮਰ ਕੈਦ ਸੀ ਅਤੇ 4 ਜਣਿਆਂ ਨੂੰ 7-7 ਸਾਲ ਦੀ ਸਜ਼ਾ ਹੋਈ ਸੀ। ਇਸ ਦੀ ਖਿਲਾਫ ਅਸੀਂ ਸਜ਼ਾ ਘੱਟ ਹੋਣ ਦੇ ਖਿਲਾਫ ਅਸੀਂ ਹਾਈਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ, ਅਤੇ ਉਸ ਪਟੀਸ਼ਨ ਦੇ ਨਤੀਜੇ ਵਿੱਚ 5 ਜਣਿਆਂ ਨੂੰ ਜਿਹੜੀ ਆ ਹਾਈਕੋਰਟ ਦੇ ਜੱਜ ਨੇ 2007 ਦੇ ਵਿੱਚ ਉਮਰ ਕੈਦ ਦੇ ਵਿੱਚ ਤਬਦੀਲ ਕਰਤੀ ਸੀ 7 ਸਾਲ ਤੋਂ, ਅਤੇ 1 ਬੰਦੇ ਨੂੰ ਸਬੂਤਾਂ ਦੇ ਘਾਟ ਕਰਕੇ ਉਹਨਾਂ ਨੇ ਛੱਡਿਆ ਸੀ। ਅਤੇ ਉਸ ਤੋਂ ਬਾਅਦ 2011 ਦੇ ਵਿੱਚ ਸੁਪਰੀਮ ਕੋਰਟ ਆਫ ਇੰਡੀਆ ਨੇ ਜਿਹੜੀ ਇਹ ਸਜ਼ਾ ਜਿਹੜੀ ਹੈ ਬਰਕਰਾਰ ਰੱਖੀ ਸੀ ਸਾਰਿਆਂ ਦੇ। 2005 ਦੇ ਵਿੱਚ ਜਦੋਂ ਪਹਿਲੀ ਵਾਰ ਇਹਨਾਂ ਸਾਰੇ ਅਫਸਰਾਂ ਨੂੰ ਜਿਹੜੀ ਸਜ਼ਾ ਸੁਣਾਈ ਗਈ ਸੀਗੀ, ਸਭ ਤੋਂ ਪਹਿਲਾਂ ਤਾਂ ਇਹ ਕੰਮ ਹੋਇਆ ਸੀਗਾ ਕਿ ਉਹਨਾਂ ਨੂੰ ਉਹਨਾਂ ਦੀ ਨੌਕਰੀ ਤੋਂ ਬਰਖਾਸਤ ਨਹੀਂ ਸੀ ਕੀਤਾ ਗਿਆ, ਜਿਹੜਾ ਕਿ ਕਾਨੂੰਨੀ ਤੌਰ 'ਤੇ ਜੇ ਕੋਈ ਵੀ ਗਵਰਨਮੈਂਟ ਇੰਪਲੋਈ ਕਿਸੇ ਵੀ ਕ੍ਰਾਈਮ ਦੇ ਲਈ ਜੇ ਉਹ ਕਨਵਿਕਟ ਹੋ ਜਾਂਦਾ ਆ ਤਾਂ ਉਹਨੂੰ ਉਸੇ ਵੇਲੇ ਨੌਕਰੀ ਤੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ, ਪਰ ਪੁਲਿਸ ਡਿਪਾਰਟਮੈਂਟ ਇਹਨਾਂ ਕਿਸੇ ਵੀ ਅਫਸਰਾਂ ਨੂੰ ਜਿਹੜੀ ਉਹ ਨਹੀਂ ਬਰਖਾਸਤ ਕੀਤਾ ਗਿਆ ਸੀਗਾ, ਅਤੇ ਇਹਨਾਂ ਦੀਆਂ ਤਨਖਾਹਾਂ ਇਹਨਾਂ ਦੇ ਘਰ ਪਹੁੰਚਦੀਆਂ ਸੀ। ਉਸ ਵੇਲੇ ਅਸੀਂ ਇੱਕ ਹੋਰ ਪਟੀਸ਼ਨ ਪਾ ਕੇ ਇਹਨਾਂ ਇਹ ਮੇਕ ਸ਼ੋਰ ਕੀਤਾ ਸੀਗਾ ਕਿ ਇਹਨਾਂ ਨੂੰ ਨੌਕਰੀ ਤੋਂ ਕੱਢਿਆ ਜਾਵੇ, ਬਟ ਸਟਿਲ ਇਹਨਾਂ ਨੂੰ ਜਿਹੜੀ ਕਹਿ ਲਓ VIP ਟ੍ਰੀਟਮੈਂਟ ਜਾਂ ਸਪੈਸ਼ਲ ਟ੍ਰੀਟਮੈਂਟ ਜਿਹੜੀ ਪੰਜਾਬ ਜਾਂ ਇੰਡੀਅਨ ਗਵਰਨਮੈਂਟ ਵੱਲੋਂ ਮਿਲਦੀ ਰਹੀ ਹੈ, ਜਿਹੜੀਆਂ ਇਹਨਾਂ ਦੀਆਂ ਜੇਲ੍ਹਾਂ ਦੇ ਵਿੱਚ ਇਹਨਾਂ ਨੂੰ ਪਰੋਲ 'ਤੇ ਆਉਣ ਦੀ ਛੁੱਟ ਜਾਂ ਅਦਰਵਾਈਜ਼ ਵੀ ਜਦੋਂ ਮਰਜ਼ੀ ਛੁੱਟੀ ਲੈ ਕੇ ਘਰ ਆਉਣ ਦੀ, ਜਿੰਨੇ ਮਰਜ਼ੀ ਦਿਨ ਤਿਉਹਾਰ ਕਰੇ ਰਹਿਣ ਦੀ, ਆਪਣੇ ਪਰਿਵਾਰਾਂ ਨਾਲ ਸੈਲੀਬ੍ਰੇਟ ਕਰਨ ਦੀ, ਮਿਲਣ ਦੀ, ਵਿਆਹਾਂ ਸ਼ਾਦੀਆਂ ਅਟੈਂਡ ਕਰਨ ਦੀ ਜਿਹੜੀ ਛੋਟ ਆ ਉਹ ਅੱਜ ਤੱਕ ਇਹਨਾਂ ਨੂੰ ਮਿਲਦੀ ਰਹੀ ਹੈ, ਅਤੇ ਇਹ ਆਮ ਆ ਕੇ ਬਾਹਰ ਖੁੱਲ੍ਹੇਆਮ ਘੁੰਮਦੇ ਰਹੇ ਆ, ਅਤੇ ਹੁਣ ਕੁਛ ਸਾਲਾਂ ਦੇ ਵਿੱਚ ਹੀ ਇਹਨਾਂ ਦੀ ਜਿਹੜੀ ਲਾਈਫ ਟਰਮ ਵੀ ਜਿਹੜੀ ਆ ਉਹ ਖਤਮ ਹੋਣ ਦੇ ਨੇੜੇ ਆ, ਅਤੇ ਇਹ ਵੀ ਨਹੀਂ ਕਹਿ ਸਕਦੇ ਕਿ ਸਰਕਾਰਾਂ ਇਹਨਾਂ ਦੀਆਂ ਕਦੋਂ ਜਿਹੜੀਆਂ ਸਜ਼ਾਵਾਂ ਆ ਉਹ ਮਾਫ਼ ਕਰਕੇ ਇਹਨਾਂ ਨੂੰ ਬਾਹਰ ਕੱਢ ਦੇਵੇ।
11 ਜਨਵਰੀ 96 ਦੇ ਵਿੱਚ ਹੀ ਮੈਂ ਐਫੀਡੇਵਿਟ ਇੱਕ ਲਾਇਆ ਔਰ ਉਹਦੇ ਵਿੱਚ ਜੋ ਜਸਵੰਤ ਸਿੰਘ ਨੇ 3 ਸ਼ਮਸ਼ਾਨ ਘਾਟਾਂ ਦਾ ਰਿਕਾਰਡ ਕੱਢਿਆ ਸੀਗਾ ਉਸ ਰਿਕਾਰਡ ਨੂੰ ਵੀ ਨਾਲ ਅਸੀਂ ਨੱਥੀ ਕਰਤਾ ਫਿਰ ਉਸ ਵੇਲੇ ਦੇ ਜੱਜ ਨੇ ਮਤਲਬ ਬਹੁਤ ਬਹੁਤ ਵੱਡਾ ਕਮੈਂਟ ਕੀਤਾ ਸੀ ਇਸ ਗੱਲ 'ਤੇ ਉਹਨਾਂ ਨੇ ਕਿਹਾ ਵੀ ਜੇ ਪੰਜਾਬ ਦੇ ਵਿੱਚ 3 ਸ਼ਮਸ਼ਾਨ ਘਾਟਾਂ ਦੇ ਵਿੱਚ ਇਹ ਗੱਲ ਹੋਈ ਹੈ ਇਹਦਾ ਮਤਲਬ ਹੈ ਵੀ ਇਹ ਨਸਲਕੁਸ਼ੀ ਤੋਂ ਵੀ ਵਰਸ ਗੱਲ ਹੈਗੀ ਹੈ ਅਤੇ ਉਸ ਕਰਕੇ ਫਿਰ ਇਹ ਜਿਹੜਾ ਕੇਸ ਹੈ ਨਾ ਇਹਦੀ ਵੀ ਇਨਕੁਆਇਰੀ ਜਿਹੜੀ 3 ਸ਼ਮਸ਼ਾਨ ਘਾਟਾਂ ਦੀ ਉਹ CBI ਨੂੰ ਜੱਜ ਸਾਹਿਬ ਨੇ ਮਾਰਕ ਕਰਤੀ ਫਿਰ ਇੱਥੇ ਸੈਨਿਕ ਹਾਊਸ ਦੇ ਵਿੱਚ ਇੱਕ CBI ਦਾ ਹੈੱਡਕੁਆਟਰ ਬਣਿਆ ਉਹਦੇ ਵਿੱਚ CBI ਨੇ ਇੱਥੇ ਪੰਜਾਬ 'ਚ ਖੁਦ ਆ ਕੇ ਉਹਨਾਂ ਲਾਸ਼ਾਂ ਦੀ ਸ਼ਨਾਖਤ ਕੀਤੀ ਉਹਨਾਂ ਦਾ ਸਾਰਾ ਰਿਕਾਰਡ ਦੇਖਿਆ ਉਹਨਾਂ ਘਰਾਂ ਨੂੰ ਅਪਰੋਚ ਕੀਤਾ ਜਿਨ੍ਹਾਂ ਦੇ ਬੱਚੇ ਡਿਸਪੀਅਰੈਂਸ ਹੋਏ ਸੀਗੇ ਉਹ ਕੇਸ ਜਿਹੜਾ ਉਹ NHRC ਨੂੰ ਇਨਵੈਸਟੀਗੇਸ਼ਨ ਵਾਸਤੇ ਸੌਂਪਿਆ ਗਿਆ ਸੀਗਾ ਅਤੇ NHRC ਨੇ ਉਹ ਕੇਸ ਸਿਰਫ ਕੰਪਨਸੇਸ਼ਨ ਤੱਕ ਲਿਮਿਟ ਕਰਕੇ ਲਗਭਗ 1800 ਤੋਂ ਦੇ ਕਰੀਬ ਲੋਕਾਂ ਨੂੰ 2.5-2 ਲੱਖ ਜਿਹੜੀ ਆ ਉਹ 2.5-2 ਲੱਖ ਰੁਪਇਆ ਕੰਪਨਸੇਸ਼ਨ ਉਹਨਾਂ ਪਰਿਵਾਰਾਂ ਨੂੰ ਜਿਹੜੀ ਆ ਦਿੱਤੀ ਹੈ ਉਹ ਨਾ ਮਾਤਰ ਹੀ ਹੈ ਪਰ ਉਹਦੇ ਵਿੱਚੋਂ ਜੋ ਕੰਮ NHRC ਨੇ ਕੀਤਾ ਕਿ ਉਹਨਾਂ ਨੇ ਜਿਹੜੇ ਸਾਰੇ ਪੁਲਿਸ ਵਾਲਿਆਂ ਦੇ ਨਾਮ FIRs ਦੇ ਵਿੱਚੋਂ ਡਿਲੀਟ ਕਰ ਦਿੱਤੇ ਅਤੇ ਤਾਂ ਕਿ ਇਹ ਜਿਹੜੀ ਕਲਪੇਬਿਲਿਟੀ ਆ ਜਾਂ ਉਹਨਾਂ ਪੁਲਿਸ ਵਾਲਿਆਂ ਦੇ ਖਿਲਾਫ ਬਾਅਦ ਦੇ ਵਿੱਚ ਕੇਸ ਚੱਲ ਸਕਣ ਉਹਦੇ ਬਾਰੇ ਕੋਈ ਕਾਰਵਾਈ ਅੱਗੇ ਨਾ ਹੋ ਸਕੇ ਅਤੇ NHRC ਨੇ ਜਿਹੜੀ ਆਪਣੀ ਰਿਪੋਰਟ ਕਹਿ ਲਓ ਜਾਂ ਜਿਹੜੀ ਆਪਣੀ ਇਨਵੈਸਟੀਗੇਸ਼ਨ ਆ ਉਹ ਸਿਰਫ ਅਤੇ ਸਿਰਫ ਉਹੀ 3 ਸ਼ਮਸ਼ਾਨ ਘਾਟਾਂ ਦੀ ਜਿਨ੍ਹਾਂ ਬਾਰੇ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਆਪਣੇ ਰਿਪੋਰਟਾਂ ਦੇ ਵਿੱਚ ਕਿਹਾ ਸੀਗਾ ਉੱਥੋਂ ਤੱਕ ਹੀ ਲਿਮਿਟ ਕਰ ਦਿੱਤੀ ਸੀ ਜਦਕਿ ਈਵਨ CBI ਨੂੰ ਜਦੋਂ ਇਹ ਇਨਕੁਆਇਰੀ ਮਾਰਕ ਹੋਈ ਸੀਗੀ ਤਾਂ ਉਹਨਾਂ ਨੇ ਬਾਕੀ ਪੰਜਾਬ ਦੇ ਸਾਰੇ ਸ਼ਮਸ਼ਾਨ ਘਾਟਾਂ ਦਾ ਰਿਕਾਰਡ ਜਿਹੜਾ ਉਹ ਸੀਲ ਕਰ ਦਿੱਤਾ ਸੀ ਜਿਹਦੇ ਤੱਕ ਅੱਜ ਤੱਕ ਵੀ ਕਿਸੇ ਦੀ ਪਹੁੰਚ ਨਹੀਂ ਹੈਗੀ ਸੋ NHRC ਦਾ ਜਿੰਨਾ ਵੀ ਅੱਜ ਤੱਕ ਦੀ ਇਨਵੈਸਟੀਗੇਸ਼ਨ ਸੀ ਉਹ ਬਸ ਇੱਥੋਂ ਤੱਕ ਲਿਮਿਟਿਡ ਸੀਗੇ ਕਿ ਜਿਹੜੀਆਂ ਲਾਸ਼ਾਂ ਹੈ ਉਹ ਪਰਿਵਾਰ ਨੂੰ ਸੌਂਪੀਆਂ ਨਹੀਂ ਸੀ ਗਈਆਂ ਪਰ ਉਹ ਲਾਸ਼ਾਂ ਜਿਹੜੀਆਂ ਉਹ ਲਾਸ਼ਾਂ ਕਿਵੇਂ ਬਣੀਆਂ ਉਹਨਾਂ ਬੱਚਿਆਂ ਦੇ ਨਾਲ ਕੀ ਵਾਪਰਿਆ ਅਤੇ ਉਹ ਕਿਉਂ ਵਾਪਰਿਆ ਉਸ ਬਾਰੇ ਅਜੇ ਤੱਕ ਕਿਸੇ ਨੇ ਕੋਈ ਹਿਸਾਬ ਨਹੀਂ ਦਿੱਤਾ ਆਉਣਗੇ ਕੋਈ ਨਹੀਂ ਤੇ ਬਾਕੀ ਜਿਹੜਾ ਕੇਸ ਹੈ ਨਾ ਤੁਹਾਡਾ ਤੁਹਾਨੂੰ ਕੋਈ ਪਤਾ ਨਹੀਂ ਲੱਗਾ ਵੀ ਮੁੰਡੇ ਦੀ ਡੈਡ ਬੋਡੀ ਕੋਈ ਅਜੇ ਤੱਕ ਨਹੀਂ ਪਤਾ ਲੱਗਾ ਇਹ ਤੇ ਮੈਂ ਕਿਤੇ ਵੀ ਨਹੀਂ ਕਹਿੰਦੀ ਵੀ ਸਾਨੂੰ ਇਨਸਾਫ ਮਿਲਿਆ ਇਨਸਾਫ ਤੇ ਉਦੋਂ ਮਿਲੂਗਾ ਜਦੋਂ ਜਿਹੜੇ ਬੰਦੇ ਅਕਿਊਜ਼ਡ ਆ ਜਿਹੜੇ ਬੰਦਿਆਂ ਨੇ ਇਹ ਕੰਮ ਕੀਤੇ ਆ ਔਰ ਉਹਦੇ ਪਿੱਛੇ ਕਿਹਦੀ ਵੱਡੀ ਕੌਨਸਪੀਰੇਸੀ ਆ ਤੇ ਕਿਹਨੇ ਇਹ ਕੰਮ ਕਰਾਇਆ ਜਿਨ੍ਹਾਂ ਚਿਕਰ ਇਹ ਸਾਰਾ ਕੁਛ ਨੰਗਾ ਨਹੀਂ ਹੁੰਦਾ ਜਿਨ੍ਹਾਂ ਚਿਕਰ ਉਹਨਾਂ ਨੂੰ ਸਜਾਵਾਂ ਨਹੀਂ ਹੁੰਦੀਆਂ ਉਹਨਾਂ ਚਿੱਕਰ ਮੈਂ ਨਹੀਂ ਕਹਿੰਦੀ ਵੀ ਕਿਸੇ ਨੂੰ ਵੀ ਇਨਸਾਫ ਮਿਲਿਆ ਇੱਕ ਲਾਸ਼ ਦਾ ਜਿਹੜਾ ਮੁੱਲ ਹੈ ਉਹ 2.5 ਲੱਖ ਜਾਂ ਜਿਹੜੀ ਕਸਟਡੀ ਦੇ ਵਿੱਚ ਡੈਥ ਹੋਈ ਉਹਦੀ 2.5 ਲੱਖ ਮੁੱਲ ਪਾ ਦੇਣਾ ਇਹ ਕਿੱਥੋਂ ਦਾ ਇਨਸਾਫ ਹੈ ਇਹ ਤਾਂ ਮੇਰਾ ਖਿਆਲ ਹੈ ਵੀ ਸਾਡੇ ਜ਼ਖਮਾਂ 'ਤੇ ਲੂਣ ਪਾਉਣ ਵਾਲੀ ਗੱਲ ਹੈ ਡਿਡ ਯੂ ਕੰਡੋਨ ਵਾਟ ਦੀ ਹਿਊਮਨ ਰਾਈਟਸ ਪੀਪਲ ਅਲੈਜ ਆਰਬਿਟਰੀ ਕਿਲਿੰਗ ਟੋਰਚਰ Human rights people in Punjab, I consider them as propagandists. It is so unfortunate that to talk of human rights
is really to lay oneself open to the charge of being a terrorist. ਚਾਹੇ ਅਸੀਂ ਹੁਣ ਸੁਪਰੀਮ ਕੋਰਟ 'ਚ ਜਾਵਾਂਗੇ, ਚਾਹੇ ਅਸੀਂ ਹਰ ਕਾਨੂੰਨੀ ਕਾਰਵਾਈ ਕਰਾਂਗੇ, ਪਰ ਸਭ ਤੋਂ ਵੱਡੀ ਕਚਹਿਰੀ ਲੋਕਾਂ ਦੀ ਕਚਹਿਰੀ ਹੁੰਦੀ ਹੈ ਅਤੇ ਅਸੀਂ ਲੋਕਾਂ ਦੀ ਕਚਹਿਰੀ 'ਚ ਦੁਨੀਆ ਪੱਧਰ 'ਤੇ ਜਾਣਾ ਚਾਹੁੰਦੇ ਕਿ ਇਹ ਦੁਨੀਆ ਵਾਲਿਓ, ਤੁਸਾਂ ਸਾਨੂੰ ਅੱਤਵਾਦੀ ਆਖਿਆ, ਤੁਸਾਂ ਸਾਨੂੰ ਫਿਰਕਾ ਪ੍ਰਸਤ ਆਖਿਆ, ਪਰ ਜਿਨ੍ਹਾਂ ਨੂੰ ਤੁਸਾਂ ਅਮਨ ਦੇ ਮਸੀਹੇ ਆਖਿਆ ਸੀ, ਜਿਨ੍ਹਾਂ ਨੂੰ ਤੁਸਾਂ ਜਮਹੂਰੀਅਤ ਦੇ ਪੈਗੰਬਰ ਕਿਹਾ ਸੀ, ਉਹਨਾਂ ਦੀ ਅਸਲੀਅਤ ਜਾਣੋ ਅਤੇ ਸਾਨੂੰ ਦੱਸੋ ਕਿ ਆਖਰ ਅੱਤਵਾਦੀ ਕੌਣ ਹੈ ਅਤੇ ਸੱਤਵਾਦੀ ਕੌਣ ਹੈ। ਅਤੇ ਸਾਡੀ ਕੌਮ ਦੀ ਤ੍ਰਾਸਦੀ ਇਹ ਆ ਕਿ ਅਸੀਂ ਕਿਤੇ ਡਾਕੂਮੈਂਟੇਸ਼ਨ ਵੀ ਨਹੀਂ ਕਰ ਸਕੇ ਕਿ ਕਿੰਨੇ ਬੰਦੇ ਜਿਹੜੇ ਆ ਉਹ ਡਿਸਪੀਅਰ ਹੋਏ ਆ, ਕਿਹਦੇ ਨਾਲ ਕਿਵੇਂ ਹੋਇਆ। ਜਿਹੜੇ ਮਨੁੱਖੀ ਅਧਿਕਾਰਾਂ 'ਤੇ ਕੰਮ ਕਰਦੇ, ਉਹਨਾਂ ਦੀ ਡਿਊਟੀ ਬਣਦੀ ਹੈ ਕਿ ਉਹ ਕੋਈ ਡਾਟਾ ਇਕੱਠਾ ਕਰਨ। ਅਤੇ ਮੈਂ ਤਾਂ ਸਮਝਦੀ ਹਾਂ ਵੀ ਇਹ ਸਭ ਤੋਂ ਵੱਡਾ ਪੁੰਨ ਹੈ ਜੇ ਤੁਸੀਂ ਇਤਿਹਾਸ ਦੇ ਵਿੱਚ ਇੱਕ ਡਾਕੂਮੈਂਟੇਸ਼ਨ ਕਰਕੇ ਇਹ ਦੱਸ ਦਿਓ ਵੀ ਪੰਜਾਬ ਦੇ ਵਿੱਚ ਇੰਨੇ ਲੋਕ ਜਿਹੜੇ ਉਹ ਡਿਸਪੀਅਰ ਹੋ ਗਏ। ਅਤੇ ਫਿਰ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਕੰਮ 'ਤੇ ਜਿਹੜੀ ਉਹ ਇੱਕ ਤਕੜੀ ਜਿਹੜੀ ਮੈਨੂੰ ਲੱਗਦਾ ਮੋਹਰ ਲੱਗੂਗੀ ਵੀ ਜੋ ਜਸਵੰਤ ਸਿੰਘ ਕਹਿੰਦਾ ਸੀ ਉਹ ਠੀਕ ਸੀਗਾ। ਇੱਕ ਵਾਰ ਮੈਂ ਬਹੁਤ ਛੋਟੀ ਸੀਗੀ ਅਤੇ ਮੇਰੇ ਫਾਦਰ ਸਾਹਿਬ ਦੇ ਇੱਕ ਦੋਸਤ ਆ, ਉਹਨਾਂ ਨੇ ਮੈਨੂੰ ਪੁੱਛਿਆ ਸੀਗਾ ਕਿ ਵਟ ਡੂ ਯੂ ਥਿੰਕ ਕਿ ਤੁਹਾਡੇ ਫਾਦਰ ਨੇ ਕੋਈ ਐਜ਼ ਅ ਸਿੱਖ ਬਹੁਤ ਵੱਡੀ ਗੱਲ ਕੀਤੀ ਆ ਜਾਂ ਬਹੁਤ ਵੱਡਾ ਕੰਮ ਕੀਤਾ ਆ। ਤਾਂ ਆਈ ਵਾਸ ਕਾਇੰਡ ਆਫ ਕਨਫਿਊਜ਼ਡ ਔਨ ਦੈਟ ਕੁਸ਼ਚਨ ਕਿ, ਪਰ ਮੈਂ ਕਿਹਾ ਕਿ ਹਾਂ ਦਿਸ ਇਜ਼ ਵੀ ਕਾਫੀ ਇੰਪੋਰਟੈਂਟ ਕੰਮ ਕੀਤਾ ਆ। ਅਤੇ ਦੈਨ ਹੀ ਗੋਜ਼ ਕਿ ਨਹੀਂ, ਉਹਨਾਂ ਨੇ ਸਿਰਫ ਇੱਕ ਸਿੱਖ ਦਾ ਕੰਮ ਕੀਤਾ ਆ ਜੋ ਇੱਕ ਅਸਲ ਸਿੱਖ ਨੂੰ ਕਰਨਾ ਚਾਹੀਦਾ ਆ। ਸੋ ਉਹਨਾਂ ਨੇ ਕੋਈ ਖਾਸ ਕੰਮ ਨਹੀਂ ਕੀਤਾ। ਇੱਕ ਗੁਰੂ ਨਾਨਕ ਸਾਹਿਬ ਦੀ ਜਿਹੜੀ ਫਿਲੋਸਫੀ ਸੀ ਕਿ ਹਾਂ ਦਾ ਨਾਰਾ ਮਾਰਨਾ ਹੈ, ਜਾਬਰ ਨੂੰ ਜਾਬਰ ਕਹਿਣਾ ਹੈ, ਉਹਨਾਂ ਨੇ ਬਸ ਉਨਾ ਹੀ ਕਿਹਾ ਹੈ।